फेवर बैज है, सिर्फ नाम है सर चिकन के हल्के फुल्के। तो हमारे पास मलाई चाप सबसे मशहूर सर, गारंटी के साथ। अगर मजा ना आए पैसा नहीं देना सर, अगर मजा ना आए पैसा नहीं देना सर। ਇੱਥੇ ਪਿਓਰ ਚਾਪ ਆਉਂਦੀ ਹੈ, ਦਿੱਲੀ ਦਾ ਫਸਟ ਆਊਟਲੈਟ ਹੈ ਜਲੰਧਰ ਵਿੱਚ ਜਿਹੜਾ ਖੋਲਿਆ ਸੀ। ਤੇ ਜਿਹੜੇ ਸ਼ੈਫ ਰੱਖੇ ਬਾਹਰ ਦੇ ਸਾਰੇ ਆਏ? ਹਾਂਜੀ ਹਾਂਜੀ, ਇਹ ਸਾਰੀ ਦਿੱਲੀ ਦੀ ਕੰਪਨੀ ਹੈ ਜੀ, ਦਿੱਲੀ ਦੇ ਇੱਥੇ ਸਾਰੇ ਸ਼ੈਫ ਪ੍ਰੋਵਾਈਡ ਸਾਨੂੰ ਹੁੰਦੇ ਨੇ। ਮੈਂ ਕਿਹਾ ਖਾਣਾ ਜਿਹੜਾ ਨਹੀਂ ਪਸੰਦ ਆਊਗਾ ਉਹਨੂੰ ਪੈਸੇ ਵੀ ਵਾਪਸ ਕਰ ਦਿੰਦੇ ਆ, ਇਹੋ ਜਿਹੀ ਗੱਲ ਨਹੀਂ ਆ। ਪਹਿਲੇ 12 ਤਰ੍ਹਾਂ ਸਾਡੇ ਕੋਲ ਗ੍ਰੇਵੀ ਵੀ ਹੈਗੀ ਆ ਸਰ। ਜੇ 7 ਦਿਨ ਹੱਥੇ ਹੁੰਦੇ ਸੀ, 5 ਵਾਰੀ ਤਾਂ ਇੱਥੇ ਆਈਦਾ ਹੀ ਆਈਦਾ ਨਾ। ਵੱਡੀ ਗੱਲ ਹੈ, ਅਸੀਂ ਪੈਸੇ ਖਰਚ ਕੇ ਵੀ ਫੂਡ ਅੱਛਾ ਨਹੀਂ ਖਾ ਪਾਉਂਦੇ, ਬਟ ਇੱਥੇ ਰੇਟ ਵੀ ਬੈਸਟ ਨੇ ਔਰ ਫੂਡ ਵੀ ਬਹੁਤ ਅੱਛਾ ਹੈ। ਭਾਅ ਜੀ ਇਹਨਾਂ ਦਾ ਪੰਜਾਬੀ ਚਾਂਪ ਕੋਰਨਰ ਦਾ ਬਹੁਤ ਵਧੀਆ ਕੰਮ ਹੈ, ਮੇਰੇ ਘੱਟੋ ਘੱਟ ਦਿਹਾੜੀ ਦੇ 10 ਗੇੜੇ ਲੱਗ ਜਾਂਦੇ ਆ ਜੀ ਇੱਥੇ। ਅੱਛਾ ਜੀ। ਸਾਡਾ 1 ਵਜੇ ਆਊਟਲੈਟ ਓਪਨ ਹੋ ਜਾਂਦਾ ਹੈ ਜੀ, ਲਾਸਟ 11:30 ਤੱਕ ਇੱਥੇ ਕਸਟਮਰ ਆ ਸਕਦੇ ਨੇ ਅਤੇ ਖਾ ਪੀ ਸਕਦੇ ਨੇ। ਅਤੇ ਇਸ ਤੋਂ ਇਲਾਵਾ ਮਤਲਬ ਕਿ ਇੱਕ ਵਾਰੀ ਸਾਡੀ ਕੁਆਲਿਟੀ ਆ ਕਿ ਜ਼ਰੂਰ ਤੁਸੀਂ ਇੱਥੇ ਆ ਕੇ ਟਰਾਈ ਕਰਨਾ, ਬਹੁਤ ਬੈਸਟ ਕੁਆਲਿਟੀ ਹੈ, ਬੈਸਟ ਕੁਆਲਿਟੀ ਇਨ ਜਲੰਧਰ ਹੈ ਵਾਲੀ। कस्टमर आ जाते हैं सर, हम लोग 4 लड़का है जो 50-60 गाड़ियाँ रोक के आराम से रोक ले। कमीशन काफ़ी बन जाती होगी आपकी? जी कमीशन बन जाते हैं, 500-600 रुपया 4 लड़के में बांट लेते हैं। कि जब भी कोई ऑर्डर करते हैं, कोई अपन कोई चीज़ की दोबारा रिफल लोड पैंती है, उदा बड़े बड़े वधिया तरीके रिफल करते हैं। शॉप साड़ी इसी रोड पर है, जो लंच भी करना है तो लंच से भी ना कोई स्पेशल आईदा। ਹਾਂਜੀ ਹਾਂਜੀ, ਸਾਡੇ ਕੋਲ ਅੱਛਾ ਪਰਾਂਠਾ, ਬਟਰ ਨਾਨ, ਗਾਰਲਿਕ ਨਾਨ, ਇਸ ਤੋਂ ਇਲਾਵਾ ਮਿੱਸੀ ਰੋਟੀ ਅਤੇ ਰੁਮਾਲੀ ਰੋਟੀ ਸਭ ਅਵੇਲੇਬਲ ਹੈ ਜੀ। ਅਤੇ ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਫੈਮਿਲੀ ਨਾਲ ਆਓਗੇ ਤਾਂ ਅੰਦਰ ਬੈਠਣ ਦਾ ਵੀ ਪੂਰਾ ਇੰਤਜ਼ਾਮ ਹੈਗਾ ਵਾ। ਹਾਂਜੀ ਸਰ, ਅਸੀਂ ਅੱਜ 3rd ਟਾਈਮ ਆਏ ਹਾਂ ਜੀ, ਤਾਂ ਇਹਨਾਂ ਦੀ ਸਰਵਿਸ ਵੀ ਬਹੁਤ ਵਧੀਆ ਵਾ, ਤੁਸੀਂ ਵਿਦ ਇਨ 5 to 10 ਮਿੰਟਸ ਵਿੱਚ ਤੁਹਾਡਾ ਔਡਰ ਟੇਬਲ ਦੇ ਉੱਤੇ ਹੁੰਦਾ ਸਰ। ਜਿਹੜਾ ਪੰਜਾਬੀ ਚਾਪ ਕੋਰਨਰ ਦੱਸਿਆ ਜਾਂਦਾ ਹੈ ਕਿ ਇੱਥੇ ਹਰੇਕ ਤਰ੍ਹਾਂ ਦੇ ਡਿਸ਼ਿਜ਼ ਵੈਜੀਟੇਰੀਅਨ ਮਿਲਦੀ ਹੈਗੀ ਹੈ, ਅਤੇ ਅਲੱਗ ਅਲੱਗ ਤਰ੍ਹਾਂ ਦੀਆਂ ਚਾਂਪਾਂ ਮਿਲਦੀਆਂ ਔਰ ਅਲੱਗ ਅਲੱਗ ਤਰ੍ਹਾਂ ਦੀ ਰੈਸਪੀ ਹੈਗੀ ਹੈ, ਅਤੇ ਬਾਹਰੋਂ ਜਿਹੜੇ ਇੱਥੇ ਸ਼ੈਫ ਵੀ ਬਾਹਰੋਂ ਆਏ ਹੋਏ ਆ, ਅਤੇ ਅਸੀਂ ਉਹਨਾਂ ਦੇ ਓਨਰ ਨਾਲ ਗੱਲਬਾਤ ਕਰਦੇ ਹਾਂ। ਨਮਸਕਾਰ ਮੈਡਮ ਜੀ। ਨਮਸਕਾਰ ਜੀ, ਅਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ 'ਤੇ। ਤੁਹਾਡਾ ਨਾਮ ਸੁਣ ਕੇ ਆਏ ਕਿ ਪੰਜਾਬੀ ਜਿਹੜੇ ਹੈਗੇ ਇੱਥੇ ਸਾਰਾ ਵੈਜ ਮਿਲਦਾ ਹੈਗਾ, ਅਤੇ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓਗੇ ਦਰਸ਼ਕਾਂ ਨੂੰ? ਹਾਂਜੀ, ਸਾਡਾ ਪਿਓਰ ਹੈਗਾ ਜੀ, ਆਪਣਾ ਪਿਓਰ ਵੈਜੀਟੇਰੀਅਨ ਹੈਗਾ ਇੱਥੇ। ਅਤੇ ਇੱਥੇ ਪਿਓਰ ਚਾਪ ਆਉਂਦੀ ਹੈ, ਦਿੱਲੀ ਦਾ ਫਸਟ ਆਊਟਲੈਟ ਹੈ ਜਲੰਧਰ ਵਿੱਚ ਜਿਹੜਾ ਖੋਲ੍ਹਿਆ ਸੀ। ਇੱਥੇ ਬਹੁਤ ਅੱਛੀ ਚਾਪ ਦੀ ਕੁਆਲਿਟੀ ਹੈ, ਇੱਕ ਵਾਰੀ ਆ ਕੇ ਜ਼ਰੂਰ ਇੱਥੇ ਟਰਾਈ ਕਰੋ। ਚਾਪ ਦੇ ਨਾਲ ਨਾਲ ਇੱਥੇ ਹਰ ਤਰ੍ਹਾਂ ਦੀ ਮਤਲਬ ਕਿ ਪਨੀਰ ਆਈਟਮ ਵੀ ਤੁਹਾਨੂੰ, ਨਾਲ ਗ੍ਰੇਵੀ ਆਈਟਮ ਵੀ, 10 ਤਰ੍ਹਾਂ ਦੀਆਂ ਚਾਪਸ ਮਿਲਣਗੀਆਂ। ਵੈਜ ਬਟਰ ਚਿਕਨ, ਮਟਰ ਆਰਾ, ਰੋਗਨ ਜੋਸ਼, ਸਾਡੇ ਕੋਲ ਇਸ ਤਰ੍ਹਾਂ ਦੀ ਕਾਫੀ ਕੁਆਲਿਟੀਜ਼ ਨੇ। ਇਸ ਦੇ ਨਾਲ ਨਾਲ ਅਸੀਂ ਪਾਲਕ ਪਨੀਰ, ਆਪਣਾ ਚਨਾ ਮਸਾਲਾ, ਦਾਲ ਮੱਖਣੀ, ਸਾਡੀ ਇਹ ਵੀ ਬਹੁਤ ਸਪੈਸ਼ਲ ਹੈ, PCC ਸਪੈਸ਼ਲ ਹੈ। ਇੱਥੇ ਆਓ ਅਤੇ ਇੱਕ ਵਾਰੀ ਜ਼ਰੂਰ ਟਰਾਈ ਕਰੋ। ਜਦੋਂ ਅਸੀਂ ਆ ਰਹੇ ਸੀਗੇ ਦੇਖਿਆ ਹੋਗਾ ਤੁਹਾਨੂੰ ਫੋਨ ਆ ਰਿਹਾ ਕਿ ਤੁਹਾਨੂੰ ਪੈਕ ਕਰਕੇ ਰੱਖੋ, ਪੈਕ ਕਰਕੇ ਰੱਖੋ, ਅਤੇ ਇਹਦਾ ਮਤਲਬ ਇਹ ਕਿ ਤੁਸੀਂ ਪੈਕਿੰਗ ਦਾ ਸਮਾਨ ਵੀ ਤੁਸੀਂ ਕਰਕੇ ਪਹਿਲੇ ਦੇ ਦਿੰਦੇ ਜੇਕਰ ਟੈਲੀਫੋਨ ਤੁਹਾਨੂੰ ਕੀਤਾ ਜਾਵੇ? ਹਾਂਜੀ ਹਾਂਜੀ, ਸਾਡਾ ਨੰਬਰ ਅਵੇਲੇਬਲ ਹੈ ਸਾਡੇ, ਹਾਂਜੀ ਪੈਂਪਲੇਟ 'ਤੇ ਹੈ, ਉਹ ਤੁਹਾਨੂੰ ਸ਼ੋਅ ਕਰ ਦੇਵਾਂਗੇ, ਅਤੇ ਤੁਸੀਂ ਆਪਣੇ ਸਮਾਨ ਇੱਥੇ ਪੈਕ ਕਰ ਪੈਕ ਕਰਵਾ ਕੇ ਇੱਥੋਂ ਲੈ ਕੇ ਜਾ ਸਕਦੇ ਹੋ। ਤੋ ਇਸ ਤੋਂ ਜੀ ਇਹ ਕਿੰਨੇ ਦੁਕਾਨ ਜਿਹੜਾ ਹੈ ਕਿੰਨੇ ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਸਾਰੇ ਦਰਸ਼ਕਾਂ ਨੂੰ ਦੇਣਾ ਦੱਸਣਾ ਜ਼ਰੂਰੀ ਹੈ? ਸਾਡਾ 1 ਵਜੇ ਆਊਟਲੈਟ ਓਪਨ ਹੋ ਜਾਂਦਾ ਹੈ ਜੀ, ਲਾਸਟ 11:30 ਤੱਕ ਇੱਥੇ ਕਸਟਮਰ ਆ ਸਕਦੇ ਨੇ ਅਤੇ ਖਾ ਪੀ ਸਕਦੇ ਨੇ। ਅਤੇ ਇਸ ਤੋਂ ਇਲਾਵਾ ਮਤਲਬ ਕਿ ਇੱਕ ਵਾਰੀ ਸਾਡੀ ਕੁਆਲਿਟੀ ਆ ਕਿ ਜ਼ਰੂਰ ਤੁਸੀਂ ਇੱਥੇ ਆ ਕੇ ਟਰਾਈ ਕਰਨਾ, ਬਹੁਤ ਬੈਸਟ ਕੁਆਲਿਟੀ ਹੈ, ਬੈਸਟ ਕੁਆਲਿਟੀ ਇਨ ਜਲੰਧਰ ਹੈ ਵਾਲੀ। ਹਾਂਜੀ, ਚਾਪ ਦੀ ਬਹੁਤ ਅੱਛੀ ਕੁਆਲਿਟੀ ਤੁਹਾਨੂੰ ਇੱਥੇ ਮਿਲੇਗੀ, ਪਨੀਰ ਟਿੱਕਾ, ਮਸ਼ਰੂਮ ਟਿੱਕਾ ਸਪੈਸ਼ਲ ਸਭ ਅਵੇਲੇਬਲ ਹੈ ਇੱਥੇ। ਮੈਡਮ ਜੀ, ਤੁਸੀਂ ਜਦੋਂ ਆਪਾਂ ਸਮਾਨ ਬਣਾਉਂਦੇ ਹਾਂ ਅਤੇ ਜਿਹੜੇ ਸ਼ੈਫ ਰੱਖੇ ਬਾਹਰ ਦੇ ਸਾਰੇ ਆਏ? ਹਾਂਜੀ ਹਾਂਜੀ, ਇਹ ਸਾਰੀ ਦਿੱਲੀ ਦੀ ਕੰਪਨੀ ਹੈ ਜੀ, ਦਿੱਲੀ ਦੇ ਇੱਥੇ ਸਾਰੇ ਸ਼ੈਫ ਪ੍ਰੋਵਾਈਡ ਸਾਨੂੰ ਹੁੰਦੇ ਨੇ, ਉਹਨਾਂ ਨੂੰ ਹਮੇਸ਼ਾ ਪ੍ਰੋਪਰ ਟ੍ਰੇਨਿੰਗ ਦੇ ਕੇ ਇੱਥੇ ਖੜਾ ਕੀਤਾ ਜਾਂਦਾ ਹੈ। ਸਾਡਾ ਐਡਰੈਸ ਹੈ ਜੀ ਨੀਅਰ ਭਗਤ ਸਿੰਘ ਚੌਂਕ ਜਲੰਧਰ, ਤੁਸੀਂ ਇੱਥੇ ਮਿਲਾਪ ਚੌਂਕ ਦੇ ਨਾਲ ਹੀ ਹੈ ਬਿਲਕੁਲ, ਭਗਤ ਸਿੰਘ ਚੌਂਕ ਦੇ, ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ। ਆਪਣਾ ਨੰਬਰ ਵੀ ਜ਼ਰੂਰ ਦੱਸੋ। ਹਾਂਜੀ, ਸਾਡਾ ਨੰਬਰ ਹੈ ਜੀ 8284874243। दर्शकों को सर बता सकता हूँ हमारे पास मलाई चाप सबसे मशहूर सर, गारंटी के साथ जी, अगर मजा ना आए पैसा नहीं देना सर, गारंटी के साथ मलाई चाप सर सबसे मशहूर चाप हमारी चुरचुर चाप जी कंपनी की तरफ से सर। ये पुदीना चाप, फेवर सोया की चाप है सर जी।
और ये हमारी मसाला स्टफ और तंदूरी लेग सर, और मैं मशरूम टिक्का। तो दर्शकों तुम एक बार इतने आओ तो इंजॉयमेंट करो, तो देखो अलग अलग तरह की चांपा बना के पेशकारी की जाती है, तो होर की दर्शकों वास्ते पेश करते हो। और सर कुछ दिन में चलने वाला है तंदूरी स्प्रिंग रोल जी, तंदूरी वेज मोमोज, तंदूरी अफगानी मोमोज सर, और वेज सामान आपके पास है? पेवर वेज है, सिर्फ नाम है सर चिकन के हल्के फुल्के पेवर वेज और सोया चाप सर। तो और दर्शकों को आप क्या कहना चाहेंगे? और दर्शकों की मैं बुकिंग यहाँ आए और खा के जाएं सर, उसके बाद आगे सर के मजा आया है, पैसा वापस सर उनके साथ उस्ताद के साथ। ये मशहूर दुकान हैगी है भगत सिंह चौक के लागे हैगी है, तो तुसी असी अपील करते हैं कि एक बार जरूर आओ पंजाबी चाप जिहड़ा कॉर्नर हैगा वा, तो ये रेसिपी सी वधिया तरीके नाल बनाते हैं तो और वधिया समान मिलता हैगा वा। तो जेकर तुसी अपना परिवार ना फैमिली ना आओगे तो अंदर बैठने का भी पूरा इंतजाम हैगा वा, तो एक बार दर्शकों को असी अपील करते हैं कि इतने जरूर आओ तो अपना इंजॉयमेंट करो आके, तो और सफाद का टेस्ट जिहड़ा हैगा बहुत वधिया हैगा। भाजी इन्हां दा पंजाबी चांप कोरन दा बहुत वधिया काम है, मेरे घट्टो घट दिहाड़ी दे 10 गेड़े लग जांदे आ जी। अच्छा जी, हाँ जी भाजी, तो लोग काफ़ी तुहाडे कोल बहुत बहुत इन्हों का बहुत ज़्यादा वधिया समान है जी, बहुत वधिया रेटिंग है इन्हों की है ना, कस्टमर ना बहुत वधिया डील करते हैं, तो चांप भी बहुत स्वाद होंगी जी इन्हों, मैं भी दो तीन बार ट्राई की इन्हें चांप। हाँ जी, तो कस्टमर कितने को आ जाते हैं? कस्टमर आ जाते हैं सर, हम लोग 4 लड़का है जो 50-60 गाड़ियाँ रुक के आराम से रुक ले। कमीशन काफ़ी बन जाती है आपकी? जी कमीशन बन जाते हैं 500-600 रुपया 4 लड़के में बांट लेते हैं। आप भी आइए हमारे पंजाबी चाप कॉर्नर, जलंधर में पड़ता है भगत सिंह चौक, बहुत फूड टेस्टी है, आप भी आइए और ट्राई करके जाइए, अगर पसंद पड़े बहुत खाना टेस्टी है, बहुत दूर दूर से आदमी आते हैं। तुसी की कहना चाहोगे वीर जी? सर इतने मेन कोर्स भी है अपने को, इतने सारा कुछ अवेलेबल है अपने को, सीटिंग भी अवेलेबल है, गड्डिया का पूरा ध्यान रखा जाता सर जी, गड्डिया का पूरा ध्यान देना, सर्विस उन्हें पूरी है। कितनी गड्डिया रोज़ रोक सर? मैं कल्ला 10-12 गड्डियां पर आराम नाल अटेंड कर लेती हां रोज जी। मतलब खाना सब तो बेस्ट है? मैं कहा खाना जेड़ा नहीं पसंद आऊगा उन्हें पैसे भी वापस कर देने, यह गल नहीं है। पहले 12 तरह से साढ़े ग्रेवी भी हैगी है सर जी, मेन को सारा अपने को शाही पनीर, कढ़ाई पनीर, चना मसाला, पालक पनीर, राजमा, सारा कुछ है अपने को सर, और चाइनीज़ की भी सारी आइटमें अपने को अवेलेबल है, यह जो कोई नहीं है, और सारा कुछ इन्ना वधिया जी, खा के देखो पहले आके सर। मैं भाई दीप सिंह नगर तो आया जी, तो पंजाबी चाप का जो काफ़ी रुझान चल रहा है वह इतने की कहना चाहोगे? जी टेस्ट बहुत अच्छा है, मैं काफ़ी टाइम तो इतने आ रहा जी, पहले काफ़ी जगह ट्राई भी किया बट इन्ना नहीं टेस्टी लगे जिन्ना इन्हों का लग रहा है, सो फूड एक बार तुम भी जरूर आके ट्राई करो, फूड बहुत अच्छा है जी इन्हों का। और कुछ कहना चाहोगे दर्शकों? मैं यही कहना जी कि फूड बहुत टेस्टी है और बेस्ट रेट्स देने जी, कोई एक्सेस रेट्स भी नहीं है, फूड भी बहुत बेस्ट है, वड्डी गल है असी पैसे खर्च के भी फूड अच्छा नहीं खा पाते बट इतने रेट भी बेस्ट ने और फूड भी बहुत अच्छा है, फैमिली एटमोसफेयर है, फैमिली की तरह सानू ट्रीट करते हैं, होर सानू इस तो बैटर कुछ नहीं मिल सकता। अज असी पंजाबी चाप कॉर्नर ते आए हैं जी, सानू बहुत ही इन्हां दी चांप टेस्टी लगती है, और असी हफ्ते जे घट्टो घट 5-6 वारी आई दे इत्थे जी, जे 7 दिन हफ्ते होंदे 5 वारी इत्थे आई दे ही आई दे ना, नवे टेस्ट दा लेके और इन्हां दी हर चीज़ टेस्टी है, दाल मखनी, चांप, इन्हां कॉम्बो भी बैटर है, बच्चे वधिया कॉम्बो वगैरह खा लेते इन्हां दा, बहुत वधिया इन्हां दी चांप है, क्वालिटी बहुत वधिया इन्हां दी। नमस्कार जी। सर जी कितरो है तुसी? असी गुरु नानकपुर तो आए जी। अच्छा, ते तुहानू इहदा टेस्ट किदां दा लगा ते और की कहना चाहोगे दर्शकां? भाजी इहदा टेस्ट बहुत ही ज़्यादा वधिया वा, मैं दर्शक कस्टमरस नूं आही कहना चाहूँगा भी इत्थे एक बार जरूर विजिट करा जी। ते तुसी हर वारी आंदे इत्थे? हाँ जी सर, असी अज्ज 3rd टाइम आए हैं जी, तो इन्हां दी सर्विस भी बहुत वधिया वा, तुसी विदइन 5-10 मिनट दे विच तुहाडा ऑर्डर टेबल दे उत्ते हुंदा सर। तुसी की कहना चाहोगे? नमस्कार जी, पहले तो मेरे वल्लों मैं लास्ट मैंने लगता 3-4 टाइम मैं विजिट कर चुका हुआ जी इन्होंने को, हर वक्त इन्हों स्टाफ बहुत कोऑपरेटिव है, सब तो बड़ी गलत यह है कि जो भी कोई ऑर्डर करते हैं कोई अपन कोई चीज़ की दोबारा रिफल लोड पैंती है, उदा बड़े बड़े वधिया तरीके रिफल करते हैं, तो सब तो वधिया गल है कि इन्हों की क्वालिटी, फिर इन्हें ओनर की गलबात करन दा तरीका बहुत ही शानदार है जी, मैं यही कहूँगा अपने थ्रू कि एक बार चाहे इन्हों विजिट जरूर करो कि इन्हों की क्वालिटी बहुत वधिया आ, इन्हों का टेस्ट बहुत वधिया आ। नमस्कार जी। सर जी किधरों आए? मैं लोकल ही है जी। अच्छा जी, तो किदां दा लगा तुहानूं इत्थे? बहुत बढ़िया जी, रेगुलर कस्टमर है, हर बार ईवन
ਸ਼ੋਪ ਸਾਡੀ ਇਸੀ ਰੋਡ 'ਤੇ ਆ ਜਦੋਂ ਲੰਚ ਵੀ ਕਰਨਾ ਹੋਏ ਤਾਂ ਲੰਚ ਵਾਸਤੇ ਵੀ ਕੋਈ ਸਪੈਸ਼ਲ ਆਈਦਾ ਜੀ ਜੀ ਅਤੇ ਆਪਣਾ ਕਿਆ ਨਾਮ ਹੈ ਜਦੋਂ ਘਰ ਵਾਸਤੇ ਵੀ ਲੈ ਕੇ ਜਾਣਾ ਤਾਂ ਸਪੈਸ਼ਲ ਇਹਨਾਂ ਦਾ ਕੋਈ ਆਈਦਾ ਕਹਿਣ ਦਾ ਮਤਲਬ ਕੋਈ ਪੰਜਾਬੀ ਜਿਹੜਾ ਹੈਗਾ ਕਿ ਤੁਸੀਂ ਇੱਥੇ ਜ਼ਰੂਰ ਰੁਕਦੇ ਆ ਕਿ ਖਾ ਕੇ ਜ਼ਰੂਰ ਜਾਂਦੇ ਬਿਲਕੁਲ ਬਿਲਕੁਲ ਜੀ ਠੀਕ ਹੈ ਹਾਂਜੀ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਦਰਸ਼ਕ ਸਾਡੇ ਨੂੰ ਜਿੰਨੀ ਵਾਰ ਆਈਦਾ ਸਭ ਤੋਂ ਪਹਿਲੇ ਇਹਨਾਂ ਨੇ ਆਪਣਾ ਜਿਹੜੀ ਸਪੈਸ਼ਲਿਟੀ ਇਹਨਾਂ ਦੀ ਇਹ ਹੈ ਕਿ ਜਿਹੜੇ ਇਹਨਾਂ ਦੇ ਨਵੇਂ ਆਪਣੇ ਟੇਸਟ ਕਰਵਾਉਣ ਵਾਸਤੇ ਸਭ ਤੋਂ ਪਹਿਲੇ ਇਹਨਾਂ ਤੋਂ ਸਾਨੂੰ ਟਰਾਈ ਕਰਾਉਂਦੇ ਆ ਹਾਂਜੀ ਉਸ ਤੋਂ ਬਾਅਦ ਆਪਣਾ ਕਿਆ ਨਾਮ ਹੈ ਟੇਸਟ ਤੁਸੀਂ ਚਾਂਪ ਲੈ ਲਓ ਜਾਂ ਜੋ ਵੀ ਲੈ ਲਓ ਬੈਸਟ